ਨੇ ਪਤਾ ਨਹੀਂ ਕਿੱਥੇ ਗਏ ਹੋਏ ਆ ਸਵੇਰ ਦੇ ਮੈਂ 10 ਫੋਨ ਕਰ ਰਹੇ ਨੇ ਇੱਕ ਵੀ ਫੋਨ ਨਹੀਂ ਚੱਕਿਆ ਇਹਨਾਂ ਨੇ ਮੈਨੂੰ ਫਿਕਰ ਹੋਈ ਜਾ ਰਿਹਾ ਉਹਨਾਂ ਦਾ ਆ ਤੁਸੀਂ ਕਿੱਥੇ ਖੁੱਬੇ ਹੋਏ ਆ ਕਿੱਧਰ ਖੁੱਬੇ ਹੋਏ ਹੋ ਮੈਂ ਕਿੱਥੇ ਖੁੱਬਣਾ ਮੈਂ ਤਾਂ ਹੈਰਾਨ ਹੋਇਆ ਪਿਆ ਖਬਰਾਂ ਦੇਖ ਦੇਖ ਕੇ ਵੀ ਪਹਿਲਾਂ ਤਾਂ ਕੁੜੀਆਂ ਨੇ ਬਾਹਰ ਜਾਣ ਦੇ ਚੱਕਰ 'ਚ ਪੈਸੇ ਲੈ ਕੇ ਵਿਆਹ ਵਿਉਹ ਕਰਕੇ ਬਾਹਰ ਚਲੀਆਂ ਗਈਆਂ ਮੁੜ ਕੇ ਭੁੱਲ ਭੁਲਾ ਗਈਆਂ ਕਿੰਨਾ ਇੱਥੇ ਔਖਾ ਹੋਇਆ ਪਿਆ ਕਿੰਨੀਆਂ ਪ੍ਰੋਬਲਮਸ ਆ ਰਹੀਆਂ ਨੇ ਉਰੇ ਇਹ ਤਾਂ ਨਾ ਕੁੜੀਆਂ ਨੂੰ ਕਿਤੇ ਨਾ ਕਿਤੇ ਕੁੜੀਆਂ ਤੇ ਐਕਸ਼ਨ ਹੋਣਾ ਚਾਹੀਦਾ ਕਿਉਂ ਕੱਲੀਆਂ ਕੁੜੀਆਂ ਤੇ ਕਿਉਂ ਐਕਸ਼ਨ ਹੋਣਾ ਚਾਹੀਦਾ ਆਪਾਂ ਇਹ ਸਭ ਵਾਸਤੇ ਕੁੜੀਆਂ ਨੂੰ ਕਿਉਂ ਕਸੂਰਵਾਰ ਮੰਨ ਰਹੇ ਆ ਮੁੰਡਿਆਂ ਦਾ ਕੋਈ ਦੋਸ਼ ਨਹੀਂ ਹੁੰਦਾ ਪਰ ਕਹਿਣਾ ਬਹੁਤ ਸੌਖਾ ਤੇ ਸਹਿਣਾ ਬਹੁਤ ਔਖਾ ਉਹਨਾਂ ਪਰਿਵਾਰਾਂ ਨੂੰ ਜਾ ਕੇ ਦੇਖ ਜਿਨ੍ਹਾਂ ਦੇ ਮੁੰਡੇ ਅਡੀਕ ਦੇ ਇਸ ਜਹਾਨੋਂ ਹੀ ਤੁਰ ਗਏ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਵੀ ਇਹੋ ਜਿਹੀਆਂ ਕੁੜੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਪਰ ਆਪਾਂ ਸਾਰੀਆਂ ਕੁੜੀਆਂ ਨੂੰ ਇੱਕੋ ਤੱਕੜੀ 'ਚ ਕਿਉਂ ਤੋਲਣ ਲੱਗੇ ਹੋਏ ਆ ਜਿਹੜੀਆਂ ਵਿਚਾਰੀਆਂ ਸਹੀ ਨੇ ਉਹ ਵੀ ਇਸ ਟਾਈਮ ਡਰੀਆਂ ਬੈਠੀਆਂ ਉਹਨਾਂ ਦਾ ਕੀ ਕਸੂਰ ਆ ਪਰ ਤੈਨੂੰ ਤਾਂ ਕੱਲੀਆਂ ਕੁੜੀਆਂ ਹੀ ਦੀਂਦੀਆਂ ਜਿਹਦਾ ਤੂੰ ਇੰਨਾ ਪੱਖ ਲੈਣ ਲੱਗੀ ਆ ਤੇ ਤੁਸੀਂ ਵੀ ਤਾਂ ਸਿਰਫ ਮੁੰਡਿਆਂ ਦੇ ਪੱਖ ਦੀ ਗੱਲ ਕਰ ਰਹੇ ਹੋ ਉਹਨਾਂ ਮੁੰਡਿਆਂ ਤੇ ਵੀ ਤਾਂ ਕਾਰਵਾਈ ਹੋਣੀ ਚਾਹੀਦੀ ਆ ਨਾ ਜਿਹੜੇ ਇੱਥੋਂ ਵਿਆਹ ਕਰਾ ਕੇ ਚਲੇ ਜਾਂਦੇ ਨੇ ਤੇ ਵਾਪਸ ਨਹੀਂ ਆਉਂਦੇ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਉੱਥੇ ਵਿਆਹ ਕਰਵਾਇਆ ਹੁੰਦਾ ਤੇ ਉਹ ਜਿਹੜੀਆਂ ਵਿਚਾਰੀਆਂ ਕੁੜੀਆਂ ਧੌਲਾ ਝਾਟਾ ਹੋ ਗਿਆ ਹਾਲੇ ਵੀ ਬਾਹਰ ਜਾਣ ਦੀ ਉਡੀਕ 'ਚ ਬੈਠੀਆਂ ਨੇ ਤੇ ਕੁੜੀਆਂ ਵਿਚਾਰੀਆਂ ਉਡੀਕਦੀਆਂ ਸਿਵਿਆਂ 'ਚ ਸਵਾਹ ਹੋ ਜਾਂਦੀਆਂ ਨੇ ਉਹ ਤੇਰੀ ਗੱਲ ਠੀਕ ਹੈ ਵੀ ਲਾਰਿਆਂ 'ਚ ਸਾਰਿਆਂ ਦੀ ਜ਼ਿੰਦਗੀ ਨਿਕਲਦੀ ਆ ਚਾਹੇ ਮੁੰਡੇ ਲਗਾ ਲਓ ਚਾਹੇ ਕੁੜੀਆਂ ਲਗਾ ਲਓ ਪਰ ਆਪਾਂ ਨੂੰ ਹੁਣ ਸੁਚੇਤ ਹੋਣ ਦੀ ਵੀ ਤਾਂ ਲੋੜ ਹੈ ਆਪਾਂ ਕਹਿੰਦੇ ਆਈਲੈਟਸ ਵਾਲੀ ਕੁੜੀ ਮਿਲ ਜਵੇ ਚਲ ਮੁੰਡੇ ਦੇ ਪੈਸੇ ਲਾ ਕੇ ਆਪਾਂ ਬਾਹਰ ਭੇਜ ਦਈਏ ਓਏ ਆਪਾਂ ਉਹਦੇ ਮੁੰਡਿਆਂ ਨੂੰ ਕਾਬਲ ਕਿਉਂ ਨਹੀਂ ਬਣਾਉਂਦੇ ਵੀ ਉਹਦੇ ਦਮ ਤੇ ਬਾਹਰ ਚਲੇ ਜਾਓ ਆਹੀ ਤਾਂ ਸੋਚਣ ਦੀ ਲੋੜ ਆ ਜਾਗਣ ਦੀ ਲੋੜ ਆ ਕਿ ਇੱਕ ਕੇਸ ਨੇ ਸਾਰਿਆਂ ਦੀਆਂ ਅੱਖਾਂ ਖੋਲ ਕੇ ਰੱਖਤੀਆਂ ਪਰ ਮੈਨੂੰ ਇੱਕ ਗੱਲ ਤਾਂ ਦੱਸੋ ਉਹਨਾਂ ਵਿਚਾਰੀਆਂ ਕੁੜੀਆਂ ਦਾ ਕੀ ਕਸੂਰ ਆ ਜਿਹੜੀਆਂ ਆਪਦੇ ਪਰਿਵਾਰਾਂ ਤੋਂ ਦੂਰ ਪ੍ਰਦੇਸ਼ਾਂ 'ਚ ਕੱਲੀਆਂ ਕਹਿ ਰਹੀਆਂ ਬੈਠੀਆਂ ਨੇ ਤੇ ਬਿਲਕੁਲ ਸਹੀ ਹੋਣ ਦੇ ਬਾਵਜੂਦ ਵੀ ਇਸ ਟਾਈਮ ਉਹ ਡਰੀਆਂ ਬੈਠੀਆਂ ਨੇ ਉਹ ਠੀਕ ਹੈ ਮੈਂ ਕਿਹੜਾ ਸਾਰੀਆਂ ਕੁੜੀਆਂ ਨੂੰ ਕਸੂਰਵਾਰ ਮੰਨਦਾ ਮੇਰੀ ਹਮਦਰਦੀ ਵੀ ਉਹਨਾਂ ਦੇ ਨਾਲ ਹੈ ਵੀ ਜਿਹੜੀਆਂ ਇਸ ਟਾਈਮ ਫੁੱਲ ਟੈਨਸ਼ਨ 'ਚ ਹੈ ਪਰ ਹੈ ਬਿਲਕੁਲ ਸਹੀ ਹੈ ਫਿਕਰ ਮੈਨੂੰ ਥੋੜੀ ਸਾਲੀ ਅੰਬਿਕਾ ਦਾ ਆ ਉਹਦਾ ਅੱਜ ਰਿਜ਼ਲਟ ਆਉਣਾ ਸੀ ਪਤਾ ਨਹੀਂ ਕੀ ਬਣਿਆ ਉਹ ਵਿਚਾਰੀ ਦਾ ਓਏ ਤਾਂ ਤੇਰਾ ਫਿਕਰ ਹੀ ਬੇਫਜ਼ੂਲ ਹੈ ਜਿਹੜੀ ਕੁੜੀ ਨੇ ਆਪਣੀ ਗ੍ਰੈਜੂਏਸ਼ਨ ਲੈਵਲ ਤੇ ਯੂਨੀਵਰਸਿਟੀ ਦੇ ਵਿੱਚ ਗੋਲਡ ਮੈਡਲ ਹਾਸਲ ਕੀਤਾ ਆ ਪੇਪਰ ਤਾਂ ਉਹਦੇ ਲਈ ਆਏ ਆ ਟਿਚ ਦਾ ਕੰਮ ਹੈ ਮੈਨੂੰ ਟੈਨਸ਼ਨ ਲੈ ਤੂੰ ਮੇਰੇ ਤਾਂ ਨਾ ਦਿਮਾਗ ਦੀਆਂ ਨਾੜਾਂ ਫਟ ਜਾਣੀਆਂ ਨੇ ਉਹ ਤੂੰ ਕੋਈ ਨਵੀਂ ਹੋਰ ਬੇਪਤਾ ਰਗੜੀ ਕਰਦੀ ਆ ਦੇਖ ਲਓ ਡੈਡੀ ਤੁਸੀਂ ਕਿੱਥੇ ਆ ਸਵੇਰ ਦੇ ਮੈਂ ਕਿੰਨੇ ਤੁਹਾਨੂੰ ਫੋਨ ਕੀਤੇ ਤੁਸੀਂ ਫੋਨ ਇੱਕ ਵੀ ਨਹੀਂ ਚੱਕਿਆ ਉਹ ਫੋਨ ਮੈਂ ਤਾਂ ਨਹੀਂ ਚੱਕਿਆ ਅੱਜ ਤੁਹਾਨੂੰ ਸਰਪ੍ਰਾਈਜ਼ ਦੇਣਾ ਸੀ ਬਹੁਤ ਵਧੀਆ ਸਰਪ੍ਰਾਈਜ਼ ਓਹੋ ਮਾਰ ਲਿਆ ਅੱਜ ਕੱਲ ਸਰਪ੍ਰਾਈਜ਼ ਦੇ ਫੈਸ਼ਨਾਂ ਨੇ ਅਗਲੇ ਦੀ ਭਾਵੇਂ ਜਾਨ ਨਿਕਲ ਜਵੇ ਤੇ ਤੁਹਾਡਾ ਸਰਪ੍ਰਾਈਜ਼ ਹੀ ਹੈ ਦੱਸੋ ਹੁਣ ਕਿਹੜਾ ਸਰਪ੍ਰਾਈਜ਼ ਹੈ ਸਰਪ੍ਰਾਈਜ਼ ਹੈ ਇਹ ਟੀਵੀ ਹਾਂ ਅੰਬਿਕਾ ਤੂੰ ਪਹਿਲਾਂ ਮੂੰਹ ਮਿੱਠਾ ਕਰੋ ਮੂੰਹ ਮਿੱਠਾ ਉਹ ਕਿਤੇ ਇਦਾਂ ਤਾਂ ਨਹੀਂ ਇਹਦਾ ਬਾਰੋ ਬਾਰ ਰਿਸ਼ਤਾ ਪੱਕਾ ਕਰਤਾ ਸਾਡੇ ਤੇ ਬੰਬ ਹੀ ਸਿੱਟਿਆ ਤੁਸੀਂ ਮੇਰੇ ਆਇਲ 'ਚ 7 ਬੈਂਡ ਆ ਗਏ ਓ ਵਾਹ ਕਮਾਲ ਕਰਤੀ ਸ਼ਾਬਾਸ਼ ਵੀ ਵੈਰੀ ਗੁੱਡ ਚਲੋ ਆ ਲੈ ਫਿਰ ਤਾਂ ਪਹਿਲਾਂ ਤਾਂ ਆ ਤੇਰਾ ਹੀ ਮੂੰਹ ਮਿੱਠਾ ਕਰਾਉਨੇ ਆ ਓ ਵਾਹ ਵੀ ਵਾਹ ਕੰਗ੍ਰੈਚੁਲੇਸ਼ਨ ਵੀ ਸ਼ਾਬਾਸ਼ ਬਹੁਤ ਬਹੁਤ ਕਮਾਲ ਕਰ ਆਹੀ ਸੀ ਅਸਲੀ ਸਰਪ੍ਰਾਈਜ਼ ਆ ਵੇ ਤਾਂ ਬਹੁਤ ਵਧੀਆ ਹੋ ਗਿਆ ਦਿਮਾਗ ਤੋਂ ਸਿੱਧੀ ਟੈਨਸ਼ਨ ਲੱਗ ਗਈ ਇਹ ਤਾਂ ਇਸ ਸਰਪ੍ਰਾਈਜ਼ ਨੇ ਤਾਂ ਸਵੇਰ ਦੇ ਸੁਕਣੇ ਪਾਇਆ ਹੋਇਆ ਸੀ ਸਾਨੂੰ ਆ ਵੀ ਫਿਰ ਅੰਬਿਕਾ ਹੁਣ ਕੀ ਪਲੈਨਿੰਗ ਹੈ ਤੇਰੀ ਜੀਜੂ ਪਲੈਨਿੰਗ ਕੀ ਆਇਲਸ ਮਤਲਬ ਕੈਨੇਡਾ ਹੁਣ ਤਾਂ ਮੈਂ ਕੈਨੇਡਾ ਹੀ ਜਾਣਾ ਦੱਸ ਹੈ ਮਾਸੀ ਕੈਨੇਡਾ ਚੱਲੀ ਆ ਹੁਣ ਇਹ ਮਾਸੀ ਦਾ ਭਾਣਜਾ ਵੀ ਮਾਸੀ ਦੇ ਨਾਲ ਕੈਨੇਡਾ ਜਾਊਗਾ ਚਾਹੇ ਮੈਨੂੰ ਜਹਾਜ਼ ਦੀ ਪੂੰਛ ਤੇ ਬਹਿ ਕੇ ਨਾ ਜਾਣਾ ਪਵੇ ਅੱਛਾ ਕੈਨੇਡਾ ਦੇ ਚਾਚ ਸਾਨੂੰ ਭੁੱਲ ਹੀ ਗਏ ਸਤਿ ਸ਼੍ਰੀ ਅਕਾਲ ਨਾਨਾ ਜੀ ਕਿਵੇਂ ਹੋ ਬਸ ਬਸ ਬਹੁਤੀ ਗੱਲਾਂ ਨਾ ਮਾਰ ਜੇ ਮਾਸੀ ਨਾਲ ਜਾਣਾ ਨਾ ਪਹਿਲਾਂ ਮਾਸੀ ਲਈ ਸਮੋਸੇ ਤੇ ਬਰਫੀ ਲੈ ਕੇ ਆ ਚੱਲ ਸੋਚੀ ਕੀ ਜਾਣਾ ਲੈ ਕੇ ਆ ਜਾ ਕੇ ਚੱਲ ਡੈਡੀ ਇਹ ਤਾਂ ਚਲੋ ਬਹੁਤ ਵਧੀਆ ਗੱਲ ਆ ਵੀ ਅੰਬਿਕਾ ਨੇ ਆਇਲਟਸ 'ਚੋਂ 7 ਬੈਂਡ ਲੈ ਲਏ ਤੇ ਇਹਦਾ ਕੈਨੇਡਾ ਬਾਰੇ ਆਪਾਂ ਸੋਚ ਵੀ ਲਿਆ ਪਰ ਇਹਦੇ ਬਾਰੇ ਪੈਸਿਆਂ ਦਾ ਬੰਦੋਬਸਤ ਉਹਦੇ ਬਾਰੇ ਵੀ ਆਪਾਂ ਸੋਚਿਆ ਹਾਂਜੀ ਵਰਦੀ ਸਾਹਿਬ ਤੁਸੀਂ ਕੀ ਸੋਚਣਾ ਇਹਦੇ ਬਾਰੇ ਤਾਂ ਤੁਹਾਡਾ ਯਾਰ ਗਰੇਵਾਲ ਸੋਚੂ ਵਾਹ ਕੀ ਹਾਲ ਹੈ ਗਰੇਵਾਲ ਸਾਹਿਬ ਬਹੁਤ ਵਧੀਆ ਵਰਦੀ ਸਾਹਿਬ ਤਾਂ ਯਾਰ ਸਾਰੇ ਜਾਣੇ ਸਰਪ੍ਰਾਈਜ਼ ਤੇ ਸਰਪ੍ਰਾਈਜ਼ ਹੀ ਦੇਣ ਲੱਗੇ ਪਏ ਅੱਜ ਹੋਰ ਬੈਠੋ ਜੀ ਥੈਂਕ ਯੂ ਪਹਿਲਾਂ ਤਾਂ ਵਰਦੀ ਸਾਹਿਬ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੀ ਸਾਲੀ 7 ਬੈਡ ਲੈ ਕੇ ਪਾਸ ਹੋ ਗਈ
ਇਹਨਾਂ ਨੂੰ ਕਿੱਥੋਂ ਪਤਾ ਲੱਗ ਗਿਆ? ਕਰਿਵਾਲ ਸਾਹਿਬ, ਉਹ ਹੁਣੇ ਤਾਂ ਹਜੇ ਰਿਜ਼ਲਟ ਆਇਆ ਇਹਦਾ, ਤੇ ਤੁਹਾਨੂੰ ਇੰਨੀ ਜਲਦੀ ਕਿੱਥੋਂ ਪਤਾ ਲੱਗ ਗਿਆ? ਉਹ ਮੇਰਾ ਛੋਟਾ ਭਰਾ ਪੰਕਜ, ਉਹ ਵੀ ਉੱਥੇ ਆਈਲੈਟਸ ਕਰਦਾ ਸੀ ਜਿੱਥੇ ਅੰਬਿਕਾ ਨੇ ਆਈਲੈਟਸ ਕੀਤੀ ਆ। ਮੈਨੂੰ ਉਹਨੇ ਹੀ ਦੱਸਿਆ ਵੀ ਵਰਦੀ ਸਾਹਿਬ ਦੀ ਸਾਲੀ 7 ਬੈਡ ਲੈ ਗਈ। ਇਹ ਤਾਂ ਜੀ ਜਿਹੜੀ ਕੁੜੀ ਹੈ ਨਾ ਸਾਡੀ, ਇਹ ਸ਼ੁਰੂ ਤੋਂ ਪੜ੍ਹਾਈ 'ਚ ਬਹੁਤ ਇੰਟੈਲੀਜੈਂਟ ਹੈ। ਦੇਖ ਵੀਰੇ, ਸਿੱਧੀ ਗੱਲ ਆ, ਮੈਂ ਤਾਂ ਘੁਮਾ ਫਿਰਾ ਕੇ ਕੋਈ ਗੱਲ ਕਰ ਲਈ। ਪੰਕਜ ਤੋਂ ਆਈਲੈਟਸ ਕਲੀਅਰ ਨਹੀਂ ਹੋਇਆ ਤੇ ਮੈਨੂੰ ਇੱਧਰ ਵੀ ਲੱਗਦਾ ਵੀ ਫਾਈਨੈਂਸ਼ੀਅਲ ਥੋੜ੍ਹੀ ਜਿਹੀ ਕਮਜ਼ੋਰੀ ਆ। ਜੇ ਆਪਾਂ ਇਹ ਰਲ ਮਿਲ ਕੇ ਇਹਦਾ ਸਲਿਊਸ਼ਨ ਕਰ ਲਈਏ ਕੋਈ। ਰਲ ਮਿਲ ਕੇ ਸਲਿਊਸ਼ਨ? ਮੈਂ ਕੁਝ ਸਮਝਿਆ ਨਹੀਂ। ਸਮਝ ਵਾਲੀ ਕਿਹੜੀ ਗੱਲ ਹੈ ਜੀ, ਸਿੱਧੀ ਜੀ ਗੱਲ ਆ, ਲੜਕੀ ਦੇ ਬਾਹਰ ਜਾਣ ਦਾ ਜਿੰਨਾ ਵੀ ਖਰਚਾ ਹੋਊਗਾ ਸਾਰਾ ਅਸੀਂ ਕਰਾਂਗੇ। ਡੈਡੀ ਖਰਚਾ ਸਾਰਾ ਇਹ ਕਰਨਗੇ? ਇਹੀ ਤਾਂ ਮੈਨੂੰ ਨਹੀਂ ਸਮਝ ਆ ਰਹੀ, ਇਹ ਕਹੀ ਕੀ ਜਾ ਰਹੇ ਨੇ? ਗਰੇਵਾਲ ਸਾਹਿਬ, ਤੁਸੀਂ ਨਾ ਇਹ ਗੱਲ ਅਜੇ ਵੀ ਘੁਮਾ ਫਿਰਾ ਕੇ ਜੇ ਕਰਨ ਲੱਗੇ ਹੋਏ ਹੋ, ਤੁਸੀਂ ਖੁੱਲ੍ਹ ਕੇ ਦੱਸੋ ਵੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ। ਦੇਖੋ ਜੀ, ਰੱਬ ਦੀ ਸਾਡੇ 'ਤੇ ਪੂਰੀ ਮਿਹਰ ਆ, ਆਪਾਂ ਪੰਕਜ ਦਾ ਰਿਸ਼ਤਾ ਲੜਕੀ ਨਾਲ ਕਰਕੇ ਦੋਵਾਂ ਨੂੰ ਬਾਹਰ ਭੇਜਣਾ। ਪੂਰੇ 6 ਮਹੀਨੇ ਹੋ ਗਏ ਪੈਸੇ ਦਿੱਤੇ ਸਾਨੂੰ, ਤੁਹਾਡੀ ਲੜਕੀ ਨੇ ਹਜੇ ਤੱਕ ਫਾਈਲ ਨਹੀਂ ਲਾਈ ਮੇਰੇ ਭਰਾ ਦੀ। ਗਰੇਵਾਲ ਸਾਹਿਬ, ਫਾਈਲਾਂ ਤਾਂ ਸਾਰੀਆਂ ਬੰਦ ਨੇ, ਉਹ ਕਿਵੇਂ ਲਾਊ ਫਾਈਲ ਦੱਸੋ? ਮੈਨੂੰ ਨਹੀਂ ਪਤਾ, ਜੇ ਮੇਰਾ ਭਰਾ 1 ਮਹੀਨੇ ਤੱਕ ਬਾਹਰ ਨਾ ਗਿਆ ਮੈਂ ਤੁਹਾਨੂੰ ਸਾਰੇ ਪਰਿਵਾਰ ਨੂੰ ਕੋਰਟ ਕਚਹਿਰੀਆਂ ਤੱਕ ਖਿੱਚੂ। ਡੈਡੀ, ਤੁਸੀਂ ਕੀ ਸੋਚਣ ਲੱਗ ਗਏ? ਦੇਖੋ, ਇਹ ਕੰਮ ਨੂੰ ਤਾਂ ਨਾ ਦਿਲ ਮੰਨਦਾ ਨਹੀਂ, ਮੈਂ ਉਹਦੇ ਭਰਾ ਤੋਂ ਹੱਥ ਜੋੜ ਕੇ ਮਾਫੀ ਮੰਗ ਲੈਣਾ। ਉਹ ਯਾਰਾ, ਇਸ ਵਿੱਚ ਮਾਫੀ ਮੰਗਣ ਵਾਲੀ ਕਿਹੜੀ ਗੱਲ ਆ, ਮੈਂ ਤਾਂ ਜਸਟ ਸਰ ਸੀ ਗੱਲ ਹੀ ਕੀਤੀ ਆ। ਦੇਖੋ, ਜੇ ਤੁਹਾਨੂੰ ਇਹ ਗੱਲ ਨਹੀਂ ਪੁੱਗਦੀ, ਮੈਨੂੰ ਤੁਹਾਡੇ ਤੇ ਕੋਈ ਗੁੱਸਾ ਗਿਲਾ ਨਹੀਂ ਇਸ ਗੱਲ ਤੇ। ਗਰੇਵਾਲ ਸਾਹਿਬ, ਇਹ ਕੀ ਹੈ? ਜਦੋਂ ਤੁਹਾਨੂੰ ਅਸੀਂ ਮਨਾ ਕਰਤਾ ਵੀ ਇਹ ਕੰਮ ਨਹੀਂ ਅਸੀਂ ਕਰਨਾ, ਫਿਰ ਆਹ ਡਰਾਮਾ ਕਿਉਂ? ਤੁਸੀਂ ਮੈਨੂੰ ਹਜੇ ਵੀ ਗਲਤ ਸਮਝਦੇ ਹੋ। ਕੁੜੀ ਨੇ ਇੰਨੀ ਮਿਹਨਤ ਕਰਕੇ ਆਈਲੈਟਸ ਪਾਸ ਕੀਤਾ, ਇੱਕ ਭਰਾ ਆਪਣੀ ਭੈਣ ਦਾ ਹੌਸਲਾ ਅਫਜਾਈ ਵੀ ਨਹੀਂ ਕਰ ਸਕਦਾ। ਸਮਾਜ ਦੇ ਵਿੱਚ ਚੰਗੇ ਬੰਦਿਆਂ ਦੀ ਅਜੇ ਵੀ ਕੋਈ ਕਮੀ ਨਹੀਂ। ਚਲੋ ਬੈਠੋ, ਦੇਖਦੇ ਹਾਂ ਆਪਾਂ ਅੱਗੇ ਕੀ ਕਰਨਾ। ਹੁਣ ਕੀ ਸੋਚਿਆ ਫਿਰ? ਚਾਹੇ ਮੈਨੂੰ ਕੁਝ ਵੀ ਕਰਨਾ ਪਵੇ, ਚਾਹੇ ਮੈਨੂੰ ਆਪਣੇ ਘਰ ਬਾਰ ਨਾ ਵੇਚਣਾ ਪਵੇ, ਮੈਂ ਸਾਰੇ ਸੁਪਨੇ ਆਪਣੇ ਧੀ ਦੇ ਪੂਰੇ ਕਰੂੰਗਾ। ਧੀਏ, ਤੂੰ ਫਿਕਰ ਨਾ ਕਰ, ਤੇਰਾ ਪਿਓ ਹਲੇ ਹੈਗਾ ਨਾ। ਪਾਪਾ, ਜੇ ਮੇਰੀ ਕਿਸਮਤ 'ਚ ਹੋਇਆ ਨਾ ਕੈਨੇਡਾ ਜਾਣਾ, ਮੈਂ ਆਪਣੇ ਦਮ ਤੇ ਆਪਣੀ ਮਿਹਨਤ ਨਾਲ ਜਾ ਕੇ ਦਿਖਾਉਂਗੀ। ਪਾਪਾ, ਤੁਸੀਂ ਟੈਨਸ਼ਨ ਨਾ ਲਓ, ਪਲੀਜ਼ ਨਾ ਲਓ ਟੈਨਸ਼ਨ। ਮੇਰੀਆਂ ਪੁੱਤਾਂ ਵਰਗੀਆਂ ਧੀਆਂ ਦੇ ਹੁੰਦੇ ਆ, ਮੈਨੂੰ ਕਾਹਦੀ ਟੈਨਸ਼ਨ ਹੋਣੀ ਹੈ? ਰੱਬ ਜੋ ਕਰੂ ਚੰਗਾ ਹੀ ਕਰੂ। ਜੇ ਕੁੜੀਆਂ ਇੰਨੀ ਮਿਹਨਤ ਕਰਕੇ ਪਾਸ ਹੋ ਸਕਦੀਆਂ ਹਨ ਤਾਂ ਮੁੰਡਿਆਂ ਨੂੰ ਵੀ ਇੰਨੀ ਮਿਹਨਤ ਕਰਨ ਦੀ ਲੋੜ ਆ। ਜੋ ਅੱਜ ਕੱਲ੍ਹ ਇੰਨੀਆਂ ਘਟਨਾਵਾਂ ਚੱਲ ਰਹੀਆਂ ਹਨ, ਉਹਨਾਂ ਨੇ ਸਾਰੀ ਦੁਨੀਆਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪਰ ਗਲਤੀ ਦੋਨਾਂ ਪਾਸੇ ਹੀ ਹੈ, ਇਕੱਲੀ ਕੁੜੀ ਵਾਲਿਆਂ ਵੱਲ ਜਾਂ ਮੁੰਡੇ ਵਿੱਚ ਨਹੀਂ ਅਸੀਂ ਗਲਤੀ ਕੱਢ ਸਕਦੇ, ਕਿਉਂਕਿ ਜੇਕਰ ਸਾਡੇ ਮੁੰਡੇ ਹੀ ਕਾਮਯਾਬ ਹੋਣ ਤਾਂ ਸਾਨੂੰ ਫਿਰ 25-30-40 ਲੱਖ ਖਰਚ ਕੇ ਬਾਹਰ ਭੇਜਣ ਦਾ ਇਹ ਅਡੰਬਰ ਕਿਉਂ ਰਚਣਾ ਪਵੇ? ਇਸ ਕਰਕੇ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਜਿੱਥੇ ਅਸੀਂ ਕੁੜੀਆਂ ਨੂੰ ਇੰਨਾ ਪੜ੍ਹਾਉਂਦੇ ਹਾਂ ਤਾਂ ਨਾਲ ਹੀ ਚਾਹੀਦਾ ਕਿ ਮੁੰਡਿਆਂ ਨੂੰ ਪੜ੍ਹਾਈ ਵੱਲ ਪ੍ਰੇਰਿਤ ਕਰੀਏ ਤਾਂ ਕਿ ਉਹ ਆਪਣੇ ਦਮ 'ਤੇ ਕਾਮਯਾਬ ਹੋ ਸਕਣ ਜ਼ਿੰਦਗੀ ਦੇ ਹਰ ਇੱਕ ਇਮਤਿਹਾਨ ਦੇ ਵਿੱਚ। ਅਤੇ ਜੇਕਰ ਤੁਹਾਨੂੰ ਸਾਡੀ ਇਹ ਫਿਲਮ ਪਸੰਦ ਆਈ ਹੈ ਤਾਂ ਇਹਨੂੰ ਸ਼ੇਅਰ ਕਰਨਾ ਨਾ ਭੁੱਲਿਓ, ਕਿਉਂਕਿ ਹੋ ਸਕਦਾ ਸਾਡੀ ਇੱਕ ਫਿਲਮ ਦੇ ਨਾਲ ਕਿਸੇ ਦਾ ਇੱਕ ਦਾ ਵੀ ਘਰ ਬਚ ਗਿਆ ਨਾ, ਤਾਂ ਅਸੀਂ ਸਮਝਾਂਗੇ ਕਿ ਸਾਡੀ ਫਿਲਮ ਬਣਾਉਣ ਦਾ ਮਕਸਦ ਇਹ ਪੂਰਾ ਹੋ ਗਿਆ। ਸੋ ਆਪਣੇ ਦਮ 'ਤੇ ਮੁੰਡੇ ਮਿਹਨਤ ਕਰਕੇ ਬਾਹਰ ਜਾਣ ਦੀ ਤਾਂ ਕਰਨ, ਨਾ ਕਿ ਇਹ ਝੂਠ ਫਰੇਬ ਪੈਸੇ ਦੇ ਕੇ ਜਾਲਸਾਜੀ ਦੇ ਨਾਲ ਬਾਹਰ ਜਾਣ ਦੀ ਕੋਸ਼ਿਸ਼ ਕਰਨ। ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਨੂੰ ਲਾਈਕ ਅਤੇ ਫੋਲੋ ਕਰਨਾ ਨਾ ਭੁੱਲਿਓ। ਯਾਦ ਹੈ ਨਾ ਸਾਡਾ ਚੈਨਲ ਅਤੇ ਪੇਜ ਕਿਹੜਾ ਹੈ? ਮਿਸਟਰ ਮਿਸਿਸ